ਪੰਜਾਬੀ ਪੋਡਕਾਸਟ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਅਸੀਂ ਤੁਹਾਡੀ ਗੱਲਬਾਤ ਕਰਵਾਵਾਂਗੇ ਇੰਗਲੈਂਡ ਦੇ ਮਸ਼ਹੂਰ ਕੰਪੋਜ਼ਰ 뮤ਜ਼ਿਕ ਡਾਇਰੈਕਟਰ ਪਰਫਾਰਮਰ ਸੁਖਜੀਤ ਸਿੰਘ ਔਲਕ ट्रू ਸਕੂਲ ਦੇ ਨਾਲ ਜੇ ਤੁਸੀਂ ਪੰਜਾਬੀ ਪੌਡਕਾਸਟ ਨੂੰ ਹੱਲੇ ਫਾਲੋ ਨਹੀਂ ਕਰਦੇ ਤਾਂ ਆਪਣੇ ਆਪਣੇ ਡਿਵਾਈਸ ਤੇ ਐਪਾਂ ਦੇ ਵਿੱਚ ਜਾ ਕੇ ਪੌਡਕਾਸਟਿੰਗ ਐਪਾਂ ਦੇ ਵਿੱਚ ਫਾਲੋ ਕਰੋ ਤੇ ਜੇ ਤੁਹਾਨੂੰ ਇਹਦੇ ਵਿੱਚੋਂ ਕੋਈ ਵੀ ਚੀਜ਼ ਵਧੀਆ ਲੱਗਦੀ ਆ ਤਾਂ ਆਪਣੇ ਕਿਸੇ ਨਾ ਕਿਸੇ ਦੋਸਤ ਮਿੱਤਰ ਦੇ ਨਾਲ ਉਹਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਪੰਜਾਬੀ ਦਾ ਹੋਰ ਵੀ ਜ਼ਿਆਦਾ ਪਸਾਰ ਹੋਵੇ ਪੰਜਾਬੀ ਪੌਡਕਾਸਟ ਦਾ ਨਾਮ ਵੀ ਹੋਰ ਹੋਵੇ ਤੇ ਆਓ ਜੀ ਸ਼ੁਰੂ ਕਰਦੇ ਆਂ ਪੰਜਾਬੀ ਪੌਡਕਾਸਟ ਸੁਖਜੀਤ ਕਿੱਦਾਂ ਹਾਲ ਚਾਲ ਹਾਂਜੀ ਭਾਜੀ ਸਤ ਸ੍ਰੀ ਅਕਾਲ ਤੇ ਤੁਸੀਂ ਮੈਨੂੰ ਸੁਖਜੀਤ ਕਹਿੰਦੇ ਹੋ ਤੁਸੀਂ ਸੁਖੀ ਵੀ ਸੱਤ ਸਕਦੇ ਤੁਸੀਂ ਮੇਰੇ ਤੋਂ ਵੱਡੇ ਆ ਭਾਜੀ ਆਹੋ ਸੁਖੀ ਵੀ ਸੱਤ ਸਕਦੇ ਆ ਟਰੂ ਸਕੂਲ ਵੀ ਸੱਤ ਸਕਦੇ ਆ ਸੁਖਜੀਤ ਵੀ ਸੱਤ ਸਕਦੇ ਆ ਸੁਖਜੀਤ ਸਿੰਘ ਔਲਖ ਵੀ ਸੱਤ ਸਕਦੇ ਆ ਪਰ ਤੁਹਾਡਾ ਜਿਹੜਾ ਲਾਸਟ ਨੇਮ ਆ ਯਾਰ ਤੂੰ O L K ਸਪੈਲ ਕਰਦਾ ਹੁੰਦਾ ਪਰ ਹੈ ਤਾਂ ਉਹ ਔਲਖ ਹੀ ਨਾ ਅਸਲੀ ਹਾਂਜੀ ਔਲਖ ਹੀ ਭਾਜੀ ਬਹੁਤ ਵਧੀਆ ਗੱਲ ਕੀਤੀ ਕਰਕੇ ਹਨਾ ਸਾਡਾ ਜਿਹੜਾ ਆਪਣਾ ਆਈ ਥਿੰਕ ਡੈਡੀ ਹੋਣੀ ਇੱਥੇ 1961 ਚ ਆਇਸੀ ਇੰਗਲੈਂਡ ਹਾਂਜੀ ਬਾਬਾ ਸਾਡਾ ਪਹਿਲਾ ਆ ਗਿਆ ਸੀਗਾ ਸੋ ਉਹਨੂੰ ਤਾਂ ਇੰਗਲਿਸ਼ ਨਹੀਂ ਆਉਂਦੀ ਸੀ ਤੇ ਜਦੋਂ ਉਹਨਾਂ ਨੇ ਪੁੱਛਿਆ ਕਿ ਗੋਤ ਕੀ ਆ ਉਹਨੇ ਔਲਖ ਕਹਿਤਾ ਫਿਰ ਉਹਨਾਂ ਨੇ O L K ਬਹੁਤ ਅੱਛਾ ਫਰ ਮੈਂ ਸਕੂਲੇ ਮੈਨੂੰ ਚੇਤਾ ਸਕੂਲ ਟਾਈਮ ਤੇ ਜਾਦਾ ਆਈ ਥਿੰਕ ਸਕੈਂਡਰੀ ਸਕੂਲ ਜਿਹੜਾ ਆਪਾਂ ਸ਼ੁਰੂ ਕੀਤਾ ਸੀਗਾ ਡੈਡੀ ਨੇ ਗੱਲ ਕਹੀ ਸੀ ਤੁਸੀਂ O L K ਨੂੰ ਹੁਣ ਉਹ ਲਿਖਿਆ ਨਹੀਂ ਕਰਨਾ ਹੁਣ ਦੂਜਾ ਦੂਜਾ ਲਿਖਿਆ ਕਰਨਾ A U L A K H ਮੈਨੂੰ ਬਹੁਤ ਅਜੀਬ ਜਿਹਾ ਲੱਗਦਾ ਸੀਗਾ ਸੋ ਮੈਂ ਟਰਾਈ ਤਾਂ ਕੀਤੀ ਸੀ 1 ਮਹੀਨੇ ਲਈ ਫੇ ਮੈਂ ਉਹਨੂੰ ਡਿਲੀਟ ਕਰਤਾ ਫੇ O L K ਦੁਬਾਰਾ ਕਰਤਾ ਸੀਗਾ ਹਾਂ ਉਹ ਬਹੁਤ ਸਾਰੇ ਨਾ ਲੋਕਾਂ ਦੇ ਨਾਮ ਇਦਾਂ ਨੇ ਤੇ ਉਹ ਕਈ ਵਾਰੀ ਇਮੀਗ੍ਰੇਸ਼ਨ ਵਾਲਿਆਂ ਨੇ ਜਿਹੜੇ ਗਲਤ ਲਿਖੇ ਹੋਏ ਆ ਖਾਸ ਕਰਕੇ ਜਿੱਦਾਂ ਸਾਡੇ ਪੰਜਾਬੀਆਂ ਦੇ ਨਾਮ ਹੋਏ ਜਾਂ ਹੋਰ ਆਫਰੀਕਾ ਤੋਂ ਜਿਹੜੇ ਲੋਕ ਆਏ ਆ ਪਰ ਖਾਸ ਕਰਕੇ ਈਸਟਰਨ ਯੂਰੋਪੀਅਨ ਜਿਹੜੇ ਨਾਮ ਸੀਗੇ ਨਾ ਉਹਨਾਂ ਦੇ ਸਪੈਲਿੰਗ ਬਹੁਤ ਪੁੱਠੇ ਸਿੱਧੇ ਹੁੰਦੇ ਆ ਤੇ ਜਦੋਂ ਉਹ ਵੈਸਟਰਨ ਕੰਟਰੀਆਂ 'ਚ ਆਏ ਖਾਸ ਕਰਕੇ ਅਮਰੀਕਾ ਕੈਨੇਡਾ ਦੇ ਵਿੱਚ ਨਾ ਤਾਂ ਉਹ ਇਮੀਗ੍ਰੇਸ਼ਨ ਨੇ ਉਹਨਾਂ ਦੇ ਨਾਮ ਇੰਨੇ ਭੰਨ ਤੋੜ ਕੇ ਖਰਾਬ ਕਰ ਦਿੱਤੇ ਉਹ ਨਵੇਂ ਲਾਸਟ ਨੇਮ ਬਣ ਗਏ ਯਾ ਯਾ ਸਾਰਟ ਉਹ ਵਾਲੇ ਕਈਆਂ ਨੇ ਮੈਨੂੰ ਗੱਲ ਪੁੱਛੀ ਆ ਪਹਿਲੀ ਗੱਲ ਔਲਖ ਗੋਤਮ ਬਹੁਤ ਘੱਟ ਹੀ ਸੁਣਿਆ ਉਹ ਤਾਂ ਇੰਗਲੈਂਡ 'ਚ ਤਾਂ ਬਹੁਤ ਘੱਟ ਹੀ ਆ ਹਾਂਜੀ ਉਹ ਹੈਗਾ ਉਧਰ ਪੰਜਾਬ 'ਚ ਬਥੇਰਾ ਹਾਂਜੀ ਉਹ ਪਹਿਲਾਂ ਮੈਨੂੰ ਪਤਾ ਨਹੀਂ ਸੀ ਇਹਨਾਂ ਗੱਲਾਂ ਦਾ ਤੇ ਜਦੋਂ ਕੋਈ ਹੋਰ ਕੋਈ ਔਲਖੜਾ ਬੰਦਾ ਮਿਲਦਾ ਹੁੰਦਾ ਸੀਗਾ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਸੀ ਪਰ ਉਹਨਾਂ ਦੀ ਸਪੈਲਿੰਗ ਦੂਜੀ ਹੁੰਦੀ ਸੀ ਤੇ ਫਿਰ ਮੈਨੂੰ ਬਾਅਦ 'ਚ ਰੀਅਲਾਈਜ਼ ਹਾਂ ਹਾਂ ਇੱਕ ਨਾ ਮੈਨੂੰ ਗੱਲ ਯਾਦ ਆਈ ਆ ਜਿਹੜੀ ਆ ਤੂੰ ਕਹਿੰਦਾ ਸੀ ਭਈ ਸਾਡਾ ਤੁਹਾਡਾ ਬਾਬਾ ਹੁੰਦਾ ਸੀ ਇੰਗਲੈਂਡ ਦੇ ਵਿੱਚ ਹਾਂਜੀ ਸਾਡਾ ਵੀ ਬਾਬਾ ਹੁੰਦਾ ਸੀ ਸਕਾਟਲੈਂਡ ਦੇ ਵਿੱਚ ਯੈਸ ਯੈਸ ਸਾਡੇ ਨਾ ਪਿਤਾ ਜੀ ਨੇ ਕਦੇ ਪਸੰਦ ਨਹੀਂ ਕੀਤਾ ਬਾ ਰਾਣਾ ਪਾਪਾ ਜੀ ਨੇ ਤੇ ਜੇ ਉਹ ਪਹਿਲਾਂ ਆ ਜਾਂਦੇ ਤੇ ਸਾਡਾ ਜਨਮ ਵੀ ਇੰਗਲੈਂਡ ਦਾ ਹੀ ਹੋਣਾ ਸੀ ਦੇਖ ਲੈ ਫਿਰ ਉਹ ਤਾਂ ਬੈਟਰ ਹੋਣਾ ਸੀਗਾ ਸਾਡੇ ਲਈ ਨਹੀਂ ਪਤਾ ਨਹੀਂ ਕੀ ਪਤਾ ਨਹੀਂ ਕੀ ਮਿਊਜ਼ਿਕ ਚਾਣਾ ਸੀ ਕਿ ਨਹੀਂ ਆਉਣਾ ਸੀ ਪਰ ਸਾਡੇ ਜਿਹੜੇ ਪਾਪਾ ਜੀ ਸੀਗੇ ਇੰਡੀਆ ਦੇ ਵਿੱਚ ਉਹਨਾਂ ਨੂੰ ਇੰਗਲਿਸ਼ ਸਾਡੇ ਬਾਬਾ ਜੀ ਨਾਲੋਂ ਵਧੀਆ ਆਉਂਦੀ ਸੀ ਤੇ ਉਹਦੀ ਉਹਦਾ ਮੈਨੂੰ ਇੱਕ ਸ਼ੁਗਲ ਦੀ ਗੱਲ ਯਾਦ ਆ ਸਾਡੇ ਪਾਪਾ ਜੀ ਕਹਿੰਦੇ ਕਹਿੰਦੇ ਇੱਕ ਵਾਰ ਨਾ ਮੱਝ ਦਾ ਸੰਗਲ ਟੁੱਟ ਗਿਆ ਤੇ ਕਹਿੰਦੇ ਮੈਂ ਨਾ ਉਹ ਸੰਗਲ ਉਹਦੇ ਮੱਝ ਦੇ ਗਾਲਤ ਵਿੱਚੋਂ ਲਾ ਕੇ ਤੇ ਆਪਣੇ ਪੱਥਰ ਤੇ ਰੱਖ ਕੇ ਉਹਨੂੰ ਥੋੜੀ ਨਾਲ ਉਹਦੀ ਇੱਕ ਕੜੀ ਨਾ ਉਹਦਾ ਲਿੰਕ ਸੈੱਟ ਕਰਨ ਲੱਗ ਪਏ ਅੱਛਾ ਅੱਛਾ ਕਹਿੰਦੇ ਮੈਂ ਸੈੱਟ ਕਰਾਂ ਤੇ ਉਹਨਾਂ ਦਾ ਡੈਡ ਜਾਨਕਿ ਸਾਡਾ ਬਾਬਾ ਕੋਲ ਖੜਾ ਤੇ ਕਹਿੰਦੇ ਉਹ ਮੈਨੂੰ ਖੜਾ ਖੜਾ ਕਹਿੰਦਾ ਕਹਿੰਦਾ ਦੇਖ ਲੈ ਇੱਥੇ ਮੱਝ ਦੇ ਸੰਗਲ ਨੂੰ ਸੰਗਲ ਕਹਿੰਦੇ ਆ ਤੇ ਪਰ ਕਹਿੰਦੇ ਇੰਗਲੈਂਡ ਦੇ ਵਿੱਚ ਇੱਕ ਨੂੰ ਸੰਗਲ ਕਹਿੰਦੇ ਆ ਇਹ ਤਾਂ ਇਹ ਤਾਂ ਮੇਰੇ ਲਈ ਟੂ ਡੀਪ ਗੱਲ ਆ ਪੰਜਾਬੀ ਮੇਰੀ ਇੰਨੀ ਵਧੀਆਰੀ ਹੈਗੀ ਨਹੀਂ ਸਿੰਗਲ ਸਿੰਗਲ ਨਹੀਂ ਅੱਛਾ ਸੰਗਲ ਤੇ ਸਿੰਗਲ ਯਾਰ ਸਾਡੀ ਗੱਲ ਤਾਂ ਠੀਕ ਹੈ ਠੀਕ ਅਨਪਾੜ੍ਹ ਕਰਕੇ ਨਾ ਉਹਨਾਂ ਨੂੰ ਜੜ ਕੇ ਸਿੰਗਲ ਸੰਗਲੇ ਲੱਗਾ ਪਰ ਮੈਨੂੰ ਯਾਰ ਇੱਕ ਗੱਲ ਦੱਸੀ ਜਿਹੜੇ ਜਿਹੜੇ ਤੁਹਾਡੇ ਡੈਡੀ ਹੁਣੇ ਆ ਇਹ ਆਪਣੇ ਕਿੰਨੇ ਭੈਣ ਭਰਾ ਆ ਡੈਡੀ ਤੁਹਾਡਾ ਪਰਿਵਾਰ ਕਾਫੀ ਵੱਡਾ ਸੀ ਤੇ ਹਾਂਜੀ ਭਾਜੀ ਡੈਡੀ ਆ ਤੇ ਵਿੱਚ ਚਾਰ ਭਰਾ ਸੋ ਪੰਜ ਜਾਣੇ ਹਾਂ ਫਿਰ ਸਿਸਟਰਸ 3 ਸੋ ਅੱਠ ਜਾਣੇ ਅੱਠ ਸਿਬਲਿੰਗ ਸੀ ਤੇ ਆਬਵੀਸਲੀ ਬਾਬਾ ਬੀਬੀ ਤੇ بس ਫੈਮਿਲੀ ਤਾਂ ਸਾਡੀ ਦਾਰਪੀ ਜ ਬਹੁਤ ਜ਼ਿਆਦਾ ਐਕਚੁਅਲੀ ਕਿ ਸਾਡੀ ਬੀਬੀ ਦੀ ਫੈਮਿਲੀ ਵੀ ਇੱਥੇ ਦਾਰਪੀ ਆ ਗਈ ਸੀ ਅੱਛਾ ਸੋ ਕਾਫੀ ਡਿਫਰੈਂਟ ਡਿਫਰੈਂਟ ਸੀ ਕੰਮ ਇੱਥੇ ਹਾਂ 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 ਯਾਰ ਤੂੰ ਨਾ ਪਹਿਲਾਂ ਸਪੋਰਟਸ ਵੀ ਕਰਦਾ ਹੁੰਦਾ ਸੀ ਨਾ ਛੋਟਾ ਹੁੰਦਾ ਟੈਡੀ ਉਹ ਫਿਟਨੈਸ ਤੇ ਬਹੁਤ ਉਹਨੂੰ ਸ਼ੌਂਕ ਸੀਗਾ ਸੋ ਉਹਨੇ ਕਿਹਾ ਸੀਗਾ ਤੂੰ ਤ੍ਰਾਈਕੋਂਡੋ ਦੇ ਵਿੱਚ ਤਾਂ ਚੈਂਪੀਅਨ ਬਣਨਾ ਹਾਂ ਇੱਕ ਇੱਕ ਕਿੰਨੀ ਉਮਰ ਦੀ ਗੱਲ ਹੈ ਇਹ ਮੈਂ ਸਗਾ 6 ਸਾਲ ਦਾ ਹਾਂ ਹਲੇ ਛੂਰੂ ਹੀ ਹੋਇਆ ਹਾਂ ਸੋ ਮੈਂ ਟਾਈਕਵਾਂਡੋ ਦੇ ਵਿੱਚ ਕਾਫੀ ਬਣੀ ਨੇਚਰਲ ਟੈਲੈਂਟਸ ਯੋਦੇ ਵਿੱਚ ਤੇ ਆਈ ਥਿੰਕ ਮੈਂ ਸਾਰੇ ਇੰਗਲ ਸਾਰੀ ਇੰਗਲੈਂਡ ਤੇ ਵਿੱਚ ਯੰਗੇਸਟ ਬਲੈਕ ਬੈਲਟ ਸਗਾ ਮੈਂ 10 ਸਾਲ ਦਾ ਸੀ ਵਾਹ ਵਾਹ ਟਾਈਕਵਾਂਡੋ ਦੇ ਵਿੱਚ ਮੈਂ ਕੰਪੀਟੀਸ਼ਨ ਬਹੁਤ ਕੀਤੀ ਬ੍ਰਿਟਿਸ਼ ਚੈਂਪੀਅਨਸ਼ਿਪਸ ਇੰਗਲਿਸ਼ ਚੈਂਪੀਅਨਸ਼ਿਪ ਮੈਨੂੰ ਕਿਸੇ ਨੇ ਕਿਹਾ ਵੀ ਸੀ ਇੱਕ ਟੂਰਨਾਮੈਂਟ ਤੇ ਚੇਂਜਿੰਗ ਰੂਮ ਚ ਕਹਿੰਦਾ ਤੂੰ ਵਰਲਡ ਚੈਂਪੀਅਨ ਬਣ ਕੋ ਇੱਕ ਦਿਨ ਮੈਂ ਉਹਨੂੰ ਕਹਾ ਮੈਂ ਕਿ ਦਾ ਟੀਚਰ ਹੀ ਵਰਲਡ ਚੈਂਪੀਅਨ ਹਸੋ ਹਾਂ ਹਾਂ ਐਮ ਤਾਂ ਉਹੀ ਸੀ ਟਾਈਕੋਂਡੋ ਦੇ ਵਿੱਚ ਤੂੰ ਨੰਬਰ 1 ਤੇ ਬਣਨਾ ਜਿਦਾ ਬਰੂਸਲੀਸ ਟਾਈਪ ਪਰ ਜਿਹੜਾ 뮤ਜ਼ਿਕ ਵਾਲਾ ਉਹ ਵੀ ਬਲੱਡ ਦੇ ਵਿੱਚ ਹੀ ਸੀ ਹਨਾ ਸ਼ੁਰੂ ਤੋਂ ਸੋ ਮੈਂ ਸਕੂਲੇ ਫੋਟਬੋਲ ਵੀ ਖੇਡਦਾ ਹੁੰਦਾ ਸੀਗਾ ਮੈਨੂੰ ਚੇਤਾ ਜਦੋਂ ਆਈ ਡੋਟ ਨੋ ਵਾਈ ਸਾਰੇ ਫਰੈਂਡ ਸਾਰੇ ਫੋਟਬੋਲ ਖੇਡਣਗੇ ਮੈਂ ਡਰਮ ਰੂਮ ਦੇ ਵਿੱਚ ਚਲ ਗਿਆ ਮੈਂ ਡਰਮ ਪਿਜਾਉਣ ਲੱਗ ਪਿਆ ਤੇ ਫੇਦਾ ਹੌਲੀ ਹੌਲੀ ਲਾਸਟイヤー ਸਕੂਲ ਦੇ ਵਿੱਚ ਮੈਂ ਤਾਂ ਫੁੱਟਬਾਲ ਹੀ ਬਹੁਤ ਘੱਟ ਖੇਡਿਆ ਮੈਂ ਤਾਂ ਐਵਰੀਡੇ ਮਿਊਜ਼ਿਕ ਰੂਮ ਚ ਹੁੰਦਾ ਸੀਗਾ ਐਂਡ ਤੇ ਫੇ ਮੇਰਾ ਟਾਈਕੋਂਡੋ ਵੀ ਥੋੜਾ ਘਟਦਾ ਗਿਆ ਹਾਂ ਇੱਕ ਨਾ ਯਾਰ ਤੇਰੀ ਜ਼ਿੰਦਗੀ ਚ ਘਟਨਾ ਹੋਈ ਸੀ ਤੂੰ ਮੈਨੂੰ ਦੱਸੀ ਸੀ ਜਿਹਦੇ ਨਾਲ ਤੇਰੀ ਜ਼ਿੰਦਗੀ ਚ ਇਹ ਪੂਰਾ ਮੋੜ ਆਇਆ ਕਿ ਤੂੰ 뮤ਜ਼ਿਕ ਡਰਾਕਟਰ ਬਣਿਆ ਤੇ ਉਹ ਚਲੋ ਗੱਲ ਤਾਂ ਪਰਸਨਲ ਜਹੀ ਆ ਪਰ ਉਹ ਸਟੋਰੀ ਸੁਣਾ ਯਾਰ ਸਾਰੀ ਡੈਡੀ ਉਹ ਖਿੱਚਦੇ ਹੁੰਦੇ ਸੀ ਜਦੋਂ ਆਪਣੇ ਅਸੀਂ ਖਾਣੇ ਲਈ ਲੇਟ ਹੁੰਦੇ ਸੀ ਕਿ 4 ਵਜੇ ਤੱਕ ਖਾਣਾ ਆ ਤਾਂ ਜੇ ਅਸੀਂ ਮਿਸ 5 ਮਿੰਟ ਕੀਤਾ ਲੇਟ ਹੋਣੇ ਖਿਜਣਾ ਕਹਿੰਦਾ ਤੈਨੂੰ ਖਾਣਾ ਪਣਾ ਸੋ ਸਾਡੇ ਘਰ ਏਦਾਂ ਹੁੰਦਾ ਸੀਗਾ ਸੰਡੇ ਦੀ ਗੱਲ ਹੈ ਮੈਂ ਚਲ ਗਿਆ ਸੀ ਬਾਹਰ ਆਪਣੇ ਫਰੈਂਡ ਨਾਲ ਹਾਂਜੀ ਖਾਣ ਦਾ ਟਾਈਮ ਮੈਂ ਮਿਸ ਕਰ ਲਿਆ ਸੀਗਾ ਉਹਨੂੰ ਇੰਨੀ ਖਹਿ ਜਾਈ ਸੀ ਕਿ ਇਹ ਹੈ ਨਾ ਪਤਾ ਨਹੀਂ ਕੀ ਕਰਦਾ ਰਹਿੰਦਾ ਮਿਊਜ਼ਿਕ 'ਚ ਬੜਿਆ ਰਹਿੰਦਾ 24 ਘੰਟੇ ਇਹ ਤਾਂ ਹੁਣ ਆਪਣੇ ਖਾਣਤਾ ਵੀ ਨਹੀਂ ਧਿਆਨ ਰੱਖਦਾ ਉਹ ਦੂਆ ਟਾਈਕੋਂਡੋ ਵੀ ਨਹੀਂ ਚੱਜਦਾ ਕਰਦਾ ਇਹਨੇ ਪਤਾ ਡੈਡੀ ਨੇ ਕੀ ਕੀਤਾ ਮੈਂ ਘਰੇ ਜਦੋਂ ਆਇਆ ਮੰਮੀ ਆਈ ਡੋਰ ਤੇ ਕਹਿੰਦੀ ਕਹਿੰਦੀ ਹੁਣ ਤੂੰ ਓਵਰ ਰਿਐਕਟ ਨਾ ਕਰੀ ਮੈਂ ਕਿਹਾ ਕੀ ਹੋਇਆ ਮੈਂ ਮੈਂ ਉੱਤੇ ਕਿਹਾ ਡੈਡੀ ਨੇ ਤਬਲਾ ਪਾੜਤਾ ਢੋਲ ਦੀ ਥੋੜੇ ਦੇ ਨਾਲ ਤੁਮ ਵੀ ਟੋੜ ਦਿੱਤੀ ਸੀ ਸਾਰੇ ਸਾਜ਼ ਭੰਨ ਦਿੱਤੇ ਸੀ ਕੈਸਟਾਂਸ ਉਹ ਵੀ ਓਹੋ ਐਨਨਾ ਗੁੱਸਾ ਉਹ ਤੋਂ ਵੀ ਡਬਲ ਗੁੱਸਾ ਫਰਮੈਲ ਤੁੰਬੀ ਨਾ ਫੜ ਕੇ ਤੁੰਬੀ ਮਾਰੀ ਬਿੰਡੇ ਦੇ ਵਿੱਚ ਮੈਂ ਬਿੰਡਾ ਤੋੜਦਾ ਸੀਗਾ ਮੈਂ ਕਹ ਮੈਂ ਕਹ ਮੈਂ ਹੁਣ ਤੈਨੂੰ ਦਿਖਾਉਂਦਾ ਕਿੰਦਾ ਚੀਜ਼ਾਂ ਤੋੜੀ ਦੀਆਂ ਤੇ ਮੈਂ ਬਿੰਡਾ ਤੋੜਿਆ ਆਹ ਮੁੰਡਾ ਤਾਂ ਉਹਦਾ ਹੀ ਸੀਗਾ ਉਹ ਵੀ ਪਾਜੀ ਫੇ ਤੁੰਬੀ ਬਿੰਡੇ ਦੇ ਵਿੱਚ ਸਟਕ ਹੋ ਗਈ ਸੀ ਉਹ ਆ ਗਿਆ ਜਿਹੜੀ ਕਹਿੰਦਾ ਹੱਪ ਭਾਂਦੇ ਭਾਂਦੇ ਬਸ ਚੱਕਦੇ ਭਾਂਦੇ ਉਹ ਉਹਦਾ ਕਹਿਣਾ ਪਿਆ ਉਹਨੂੰ ਇਹ ਨਹੀਂ ਸੀ ਮੈਂ ਤਾਂ ਖਿਜਿਆ ਸੀ ਤੇ ਕਹਿੰਦਾ ਹਾਂ ਕਹਿੰਦਾ ਤੋੜ ਦੇ ਤੋੜ ਦੇ ਹਨਾ ਫੇਰ ਮੈਂ ਢੋਲ ਲੈ ਕੇ ਮੈਂ ਫੇਰ ਥੱਲੇ ਮਾਰਿਆ ਢੋਲ ਢੋਲ ਉਹਦੇ ਟੋਟੇ ਹੋ ਗਏ ਸੀ ਢੋਲ ਫੇਰ ਮੈਂ ਚੱਲ ਗਿਆ ਸੀ ਬਾਹਰ ਅੱਧੇ ਘੰਟੇ ਮੈਂ ਮੁੜ ਕੇ ਆਇਆ ਘਰ ਡੈਡੀ ਹੁਣੀ ਚੁੱਪ ਸੀ ਮੈਂ ਕਹਾ ਡਾਡ ਮੈਂ ਅੱਜ ਤੋਂ 뮤ਜ਼ਿਕ ਫੁੱਲ ਟਾਈਮ ਕਰਨਾ ਮੈਂ ਕਾਲਜ ਛੱਡਣ ਲੱਗਾ ਆਜ ਇੱਦਾਂ ਮੈਂ 뮤ਜ਼ਿਕ ਡਾਇਰੈਕਟਰ ਬਣਿਆ ਸੀ ਭਾਜੀ ਔਰ ਦੰਤੀ ਇਦਾਂ ਹੋ ਜਾਂਦਾ ਪਰ ਮੈਨੂੰ ਤੂੰ ਇੱਕ ਵਾਰ ਗੱਲ ਦੱਸੀ ਸੀ ਕਿ ਕਿ ਜਦੋਂ ਤੂੰ ਤਬਲਾ ਸਿੱਖਣ ਲੱਗਾ ਤੇ ਤੈਨੂੰ ਡਰ ਲੱਗਾ ਕਿ ਮੇਰਾ ਦੇਸੀ ਸਟਾਈਲ ਖਤਮ ਨਾ ਹੋ ਜਾਏ ਉਹ ਇੱਕ ਵਾਰੀ ਫੇਰ ਗੱਲ ਬਿਲਕੁਲ ਸਹੀ ਭਾਜੀ ਆਪ ਵਧੀਆ ਗੱਲ ਕੀਤੀ ਹਾਂਜੀ ਕਰਕੇ ਮੈਨੂੰ ਚੇਤਾ ਵੀ ਕਲਾਸ ਚ ਆਪਣੇ ਟੀਚਰ ਨੇ ਕਿਹਾ ਸੀਗਾ ਕਿ ਤੂੰ ਮੜ ਜਾ ਬਜਾ ਕੇ ਦਿਖਾੜ ਮੈਂ ਤਾਂ ਕਹਿ ਰਵਾਂ ਵਜਾਉਣ ਲੱਪਿਆ ਉਹ ਵੀ ਆਪਣਾ ਫੋਕ ਸਟਾਈਲ ਵਾਲਾ ਹਾਂ ਤੇ ਉਹ ਉਤੇ ਉਹ ਹੱਸਣ ਲੱਗ ਪਿਸੀ ਕਹਿੰਦਾ ਠੀਕ ਆ ਕਹਿੰਦਾ ਉਹਨੇ ਫੇ ਦੁਬਾਰਾ ਸਾਰਾ ਜ਼ੀਰੋ ਤੋਂ ਕਰਕੇ ਕਹਿੰਦਾ ਹੁਣ ਤਾਂ ਹੱਥ ਵੀ ਚੇਂਜ ਤੇਰਾ ਕਰਨਾ ਪਜਾਉਣਾ ਤਾਂ ਸੋ ਮੈਨੂੰ ਫੇ ਏ ਬੀ ਸੀ ਤੋਂ ਦੁਬਾਰਾ ਸ਼ੁਰੂ ਕਰਨਾ ਪੈ ਗਿਆ ਸੀਗਾ ਪਰ ਕਲਾਸਿਕਲ ਅਸੀਂ ਜਦੋਂ ਸਟਾਰਟ ਕੀਤਾ ਫੇ ਆਪਣੇ ਦੇਸੀ ਵਾਲੇ ਕੰਮ 'ਚ ਥੋੜਾ ਫਰਕ ਤਾਂ ਪੈ ਗਿਆ ਸੀ ਇਹ ਤਾਂ ਹੈ ਸੋ ਉਹਦੀ ਪ੍ਰੈਕਟਿਸ ਵੱਖਰੀ ਆ ਵੱਖਰੀ ਆ ਐਕਚੁਅਲੀ ਹਾਂ ਵੱਖਰੀ ਆ ਹਾਂ ਇੱਕ ਹੋਰ ਗੱਲ ਆ ਸੁਰ 'ਚ ਹੋਣਾ ਨਾ ਸੁਰ 'ਚ ਹੋਣਾ ਸਿੱਖਿਆ ਹੋਣਾ ਨਾ ਸਿੱਖਿਆ ਹੋਣਾ ਉਹ ਹਰ ਇੱਕ ਸਟਾਈਲ ਤੇ ਲਾਗੂ ਹੁੰਦਾ ਤੁਹਾਨੂੰ ਸਿੱਖਿਆ ਹੋਣਾ ਚਾਹੀਦਾ ਹਰ ਇੱਕ ਸਟਾਈਲ ਦੇ ਵਿੱਚ ਪਰ ਜਿਹੜੀ ਹੈਗੀ ਆ ਕਿ ਤੁਹਾਨੂੰ ਜਿਹੜਾ ਲੋਕਗੀਤ ਗਾਉਂਦਾ ਉਹਨੂੰ ਰਾਗਾਂ ਦੇ ਹੋਣੇ ਜ਼ਰੂਰੀ ਨਹੀਂ ਹੈਗਾ ਕਿਉਂਕਿ ਜੇ ਇੱਕ ਲੋਕਗੀਤ ਗਾਉਣ ਵਾਲਾ ਰਾਗ ਨਹੀਂ گا ਸਕਦਾ ਤਾਂ ਰਾਗ ਗਾਣ ਵਾਲਾ ਲੋਕਗੀਤ ਵੀ ਨਹੀਂ گا ਸਕਦਾ ਨਹੀਂ ਭਾਜੀ ਆ ਬਹੁਤ ਵਧੀਆ ਗੱਲ ਕਿਉਂਕਿ ਤੁਸੀਂ ਆਪਣੇ ਮਨਮੋਹ ਭਾਜੀ ਹਾਂ ਜੀ ਲਾਈਕ ਤੁਹਾਨੂੰ ਕਲਾਸਿਕਲ ਚੀਜ਼ ਵੀ ਸਮਝ ਆ ਤੇ ਆਪਣੀ ਫੋਕ ਬਾਰੇ ਵੀ ਤਾਂ ਹੀ ਫੇ ਤੁਹਾਡਾ ਸਟਾਈਲ ਬੱਕਰਾ ਆ ਹਾਂ ਪਰ ਅਸੀਂ ਉਹ ਦੋਨੋਂ ਨਾ ਦੋਨੋਂ ਅਸੀਂ ਉਹ ਨਾ ਬੱਕਾ ਬੱਕ ਜੇਬਾਂ ਚ ਰੱਖਦੇ ਆ ਪੁਆਇੰਟ ਇਹੀ ਆ ਭਾਜੀ ਪ੍ਰੈਕਟਿਸ ਦੀ ਗੱਲ ਹੁੰਦੀ ਆ ਟੈਲੈਂਟ ਤਾਂ ਸਾਰੇ ਕੋਈ ਕਈ ਬੰਦਿਆ ਕੋਲ ਹੁੰਦਾ ਜੇ ਤੁਸੀਂ ਕਲਾਸਿਕਲ ਜਾਣਾ ਤੁਹਾਡੇ ਕੋ ਟੈਲੈਂਟ ਉਹਦੇ ਲਈ ਹੈਗੀ ਜਾਂ ਜਿਹੜੇ ਬੰਦਾ ਫੋਕ ਗਾਉਂਦੇ ਆ ਉਹਦੇ ਵਿੱਚ ਸੇਮ ਟੈਲੈਂਟ ਆ ਕਪੈਸਿਟੀ ਤਾਂ ਉਨੀ ਆ ਕਪੈਸਿਟੀ ਉਨੀ ਆ ਪਰ ਗੱਲ ਇਦਾਂ ਆ ਕਿ ਜਦੋਂ ਨਾ ਕੋਈ ਵੀ ਬੰਦਾ ਆਪਣਾ ਕੈਰੀਅਰ ਸੋਚਦਾ ਨਹੀਂ ਕਿ ਮੇਰਾ ਇਦਾਂ ਬਣਨਾ ਜੇ ਸੋਚ ਵੀ ਲਵੇ ਤਾਂ ਜਿਸ ਤਰੀਕੇ ਨਾਲ ਸੋਚਿਆ ਹੁੰਦਾ ਉਸ ਤਰੀਕੇ ਨਾਲ ਨਹੀਂ ਬਣਦਾ ਬਿਲਕੁਲ ਜੀ ਪਰ ਇਹ ਤੋਂ ਪਹਿਲਾਂ ਤੂੰ ਵੀ ਕਿਊ ਬੇਸ ਤੋਂ ਹੀ ਮੇਰਾ ਖਿਆਲ ਸ਼ੁਰੂ ਕੀਤਾ ਹੈ ਨਾ ਹਾਂਜੀ ਭਾਜੀ ਕਿਊ ਬੇਸ ਐਕਚੁਅਲੀ ਕਿਊ ਬੇਸ ਤੋਂ ਪਹਿਲਾਂ ਅਸੀਂ ਦੁਜਾ ਕਰਦੇ ਹੁੰਦੇ ਸੀ ਲਾਈਵ ਫੋਰਟ ਰੈਕ ਤੇ ਭਰਦੇ ਹੁੰਦੇ ਸੀ ਨਹੀਂ ਨਹੀਂ ਉਹ ਤਾਂ ਹੈ ਪਰ ਜਾਨੀ ਕਿ ਉਹ ਤਾਂ ਪਹਿਲਾਂ ਤਾਂ ਸੀਗਾ ਹੀ ਪਰ ਜਾਨੀ ਕਿ ਕਹਿਣ ਦਾ ਭਾਵ ਜਦੋਂ ਡਿਜੀਟਲ ਸਮਾਨ ਆਇਆ ਮੈਂ ਕਿਊ ਬੇਸ ਆਈ ਥਿੰਕ ਨਾਈਟ D5 ਚ ਯੂਜ਼ ਕੀਤਾ ਸੀ ਪਹਿਲੀ ਆ ਰਹੀ ਆ ਟਾਰੀ ਤੇ ਕੀਤਾ ਸੀ ਫਿਰ ਹਾਂਜੀ ਟਾਰੀ ਤੇ ਤੇ ਹਜੇ ਵੀ ਕਯੂਬੈਸ ਜੀ ਯੂਜ਼ ਕਰਦਾ ਮੈਂ ਹੋਰ ਕੋਈ ਪ੍ਰੋਗਰਾਮ ਕਦੇ ਯੂਜ਼ ਨਹੀਂ ਕੀਤੀ ਹਾਂ 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 ਮੈਂ ਵੀ ਬਹੁਤਾ ਕੰਮ ਕਯੂਬੈਸ ਜੀ ਕਰਦਾ ਪ੍ਰੋਗਰਾਮਿੰਗ ਸਾਰੀ ਤੇ ਇਹ ਇਹ ਪਹਿਲਾਂ ਤੋਂ ਹੀ ਨਾ ਮੇਰੇ ਕੋਲ ਵੀ ਐਟਾਰੀ 1040 DST ਹੁੰਦਾ ਸੀ ਤੇ ਹਾਂਜੀ ਉਹ ਵੀ ਉਹੀ ਉਹੀ ਅੱਛਾ ਮੈਡੈਕਸ ਵੀ ਮੇਰੇ ਕੋਲ ਹੁੰਦਾ ਸੀ ਇੱਕ ਲਾਲ ਜਿਹਾ ਡੱਬਾ ਸੀ ਪਟੀ ਨਾਲ ਲੋਕ ਕਰਨ ਦੇ ਅੱਛਾ ਉਹ ਨਹੀਂ ਕਦੇ ਜੁ ਹਾਂ ਉਹ ਫਿਰ ਟੇਪ ਜਿਹੜੀ ਟੇਪ ਜੀ ਹੁੰਦੀ ਸੀ ਨਾ ਅੱਛਾ ਫੋਜ ਦੁਆ ਆਪਣੇ ਆਡੀਓ ਲਈ ਕੰਬਾਈਨ ਕਰਨ ਲਈ ਠੀਕ ਹੈ ਭਾਜੀ ਮੈਂ ਸਮਝ ਗਿਆ ਹਾਂ ਹਾਂ ਸੋ ਇਸ ਤਰੀਕੇ ਨਾਲ ਤੇ ਫਿਰ ਤੋਂ ਪਹਿਲੀ ਟੇਪ ਕਿਹੜੀ ਕੀਤੀ ਸੀ ਭਾਜੀ ਸਾਡੀ ਪਹਿਲੀ ਟੇਪ ਮੇਰਾ ਇੱਕ 파ਟਨਰ ਹੁੰਦਾ ਸੀਗਾ ਸਪੈਸ਼ਲਿਸਟ ਸਪੈਸ਼ਲਿਸਟ ਐਂਡ ਟ੍ਰੂ ਸਕੂਲ ਸੀ ਸਾਡਾ ਗਰੁੱਪ ਦਾ ਨਾਮ ਪਹਿਲਾਂ ਹਾਂਜੀ ਸਾਡੀ ਪਹਿਲੀ ਟੇਪ ਦਾ ਵਰਡ ਇਜ਼ ਬੋਨ ਔਰ 2004 ਚ ਆਈ ਸੀ ਹਾਂ ਤੇ ਉਹ ਇੰਗਲੈਂਡ ਚ ਕਾਫੀ ਵਧੀਆ ਚੱਲ ਪਈ ਸੀ ਤੇ ਬੜੀ ਵਧੀਆ ਬਹੁਤ ਚੱਲਦੀ ਸੀ ਹਾਂਜੀ ਤੇ ਪਰ ਉਹ ਤੋਂ ਪਹਿਲਾਂ ਮੈਂ ਐਕਚੁਅਲੀ ਐਜ਼ ਅ 뮤జిਸ਼ੀਅਨ ਬਣਿਆਦਾਰ ਆ ਪੰਜਾਬੀ ਐਮਸੀ ਦੇ ਗਾਣਿਆਂ ਚ ਤਬਲਾ ਢੋਲਕ ਤੁੰਬੀ ਹਰਮੋਨੀਅਮ ਇਹਦਾਂ ਦੀਆਂ ਚੀਜ਼ਾਂ ਤੇ ਇਵਨ 97 ਚ ਮੇਰੀ ਪਹਿਲੀ ਰਿਕਾਰਡਿੰਗ ਸੀ ਤੁੰਬੀ ਤੇ ਪਰ ਉਹ ਮੇਰਾ ਨਾਂ ਨਹੀਂ ਲਿਖਿਆ ਉਹਨੇ ਟੇਪ ਤੇ ਤੇ ਉਹ ਵੀ ਉਹ ਸਟੋਰੀ ਹੋ ਰਿਹਾ ਉਹ ਆਪਾਂ ਉਹ ਨੈਕਸਟ ਟਾਈਮ ਦੱਸਾਂਗੇ ਪਰ ਮੈਂ ਇੱਕ ਇੱਕ ਇੰਟਰਸਟਿੰਗ ਮੈਂ ਗੱਲ ਦੱਸ ਸਕਦਾ ਹਾਂ ਹਾਂਜੀ 2000 ਦੀ ਗਾਲੇ ਰਿਕਾਰਡਿੰਗ ਸੀ ਪੰਜਾਬੀ ਐਮਸੀ ਦੇ ਘਰੇ ਗਾਣਾ ਗਾਣਾ ਸੀਗਾ ਕੁੜੀਆਂ ਪੰਜਾਬ ਦੀਆਂ ਸਲੀਮ ਨੇ ਗਾ ਸੀਗਾ ਸੋ 뮤זיਕ 뮤זיਕ ਪੰਜਾਬੀ ਐਮ ਸੀ ਦਾ ਸੀਗਾ ਤੇ ਤਬਲਾ ਤਬਲਾ ਢੋਲ ਕੇ ਅਸੀਂ ਵਜਾਇਆ ਸੀਗਾ ਤੇ ਹਾਰਮੋਨੀਅਮ ਸੁਖਸ਼ਿੰਦਰ शिंदे ਨੇ ਵਜਾਇਆ ਸੀ ਅੱਛਾ ਅੱਛਾ ਸੋ ਸੀ ਤੈਨ ਜਾਣੇ ਉਹਨੇ ਇਕ ਗਾਣੇ ਚ ਕੰਮ ਕੀਤਾ ਹਾਂ ਹਾਂ ਐਕਚੁਅਲੀ ਪਾਜੀ ਮੈਨੂੰ ਇੱਕ ਹੋਰ ਗੱਲ ਚਿਤ ਆਈ ਆਪਣੇ ਬੈਕ ਟੂ ਬੀਸਿਕਸ ਐਲਬਮ ਦੀ ਗੱਲ ਆ ਦਲਜੀਤ ਪਾਜੀ ਨਾਲ ਹਾਂ ਉਹਦਾ ਅਕਾਊਂਟ ਦਾ ਸਟਾਈਲ ਪਹਿਲਾਂ ਹੋਰ ਸੀਗਾ ਉਸ ਟੇਪ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਜਦੋਂ ਅਸੀਂ ਆਹ ਟੇਪ ਸ਼ੁਰੂ ਕੀਤੀ ਸੀਗੀ ਇੱਕ ਗਾਣਾ ਸੀਗਾ ਟਰੱਕਾਂ ਵਾਲਾ ਸਾਡਾ ਕੰਮ ਟਰੱਕਾਂ ਦਾ ਕੁੜੀ ਲੋਟ ਪਟ ਕੇ ਲੈ ਗਈ ਜਦੋਂ ਦਲਜੀਤ ਨੇ ਮੈਨੂੰ ਸੁਣਾਇਆ ਸੀਗਾ ਉਹਦੀ ਤਾਰਜਕ ਹੋਰ ਸੀ ਪਹਿਲਾਂ ਮੈਂ ਉਹ ਚੇਂਜ ਕਰਕੇ ਸਾਰਾ ਮੈਂ ਕਹਿੰਦਾ ਇਦਾਂ ਹੀ ਕਰਕੇ ਦੇਖਦੇ ਆ ਤੇ ਸਕੇਲ ਵੀ ਆਪਾਂ ਥੱਲੇ ਕਰਤਾ ਸੀਗਾ ਉਹਦਾ ਤੇ ਦਲਜੀਤ ਉਹ ਹਾਈ ਪਿਚ ਤੇ ਗਾਉਂਦਾ ਉਹ ਥੱਲੇ ਇੰਨਾ ਲੋਗ ਨਹੀਂ ਗਾਉਂਦੇ ਤੇ ਮੈਂ ਕਹਿੰਦਾ ਮੈਂ ਕਹਿੰਦਾ ਇੱਥੇ ਕਰਕੇ ਦੇਖੀਏ ਫੇ ਉਹਦਾ ਅੰਤਰਾ ਦਾ ਉਹਦਾ ਰੇਂਜ ਸਾਰਾ ਦੇਖ ਕੇ ਤੇ ਮੈਂ ਫੇ ਉਹਦੀ ਵੌਇਸ ਕੁਆਲਿਟੀ ਦੇ ਹਿਸਾਬ ਨਾਲ ਨੋਟ ਸਿਲੈਕਟ ਕੀਤਾ ਕਿੱਥੇ ਕਿਹੜੀ ਕਿਹੜੀ ਸਕੇਲ ਤੇ ਗਾਉਣਾ ਹਾਂ ਉਹਨੇ ਪ੍ਰੈਕਟਿਸ ਕਰਕੇ ਐਵਰੀਥਿੰਗ ਕਰਕੇ ਉਹ ਯੂਸ ਟੂ ਨਹੀਂ ਸੀ ਇਦਾਂ ਦੀ ਚੀਜ਼ਾਂ ਗਾਉਣੀ ਸੋ ਉਹਨੇ ਹਫਤਾ ਲਾਇਆ ਕਹਿੰਦਾ ਮੈਂ ਇਹਨੂੰ ਹੌਲੀ ਹੌਲੀ ਕਰਕੇ ਆ ਵੀਡੇ ਥੋੜਾ ਕਰਕੇ ਫੇ ਮੈਂ ਤੈਨੂੰ ਦੱਸੂਗਾ ਜਦੋਂ ਅਸੀਂ ਰਿਕਾਰਡ ਕਰਾਂਗਾ ਹਾਂ ਸੋ ਉਹਨੇ ਫੇ ਦਲਜੀਤ ਨੇ ਕਿਹਾ ਕਿ ਆਮ ਰੈਡੀ ਕਰੀਏ ਰਿਕਾਰਡ ਤੇ ਫਰਡੇ ਹੋਈ ਸੀ ਫਰਡੇ ਰਿਕਾਰਡਿੰਗ ਹੋਈ ਸੀ ਤੇ ਮੈਂ ਵੀਕਐਂਡ ਤੇ ਉਹਦੀ ਸਾਰੀ ਐਡੀਟਿੰਗ ਕਰਕੇ ਰੈਡੀ ਕੀਤਾ ਮੰਡੇ ਜਦੋਂ ਵਾਪਸ ਆਏ ਉਹਨੂੰ ਚੇਤਾ ਭੁੱਲ ਗਿਆ ਸੀਗਾ ਅਸੀਂ ਉਸ ਗਾਣੇ ਦੀ ਡਬਿੰਗ ਕੀਤੀ ਹੋਆ ਐਂਡ ਤੇ ਜਦੋਂ ਚੇਤਾ ਹੈ ਮੈਨੂੰ ਕਿਹਾ ਸੁਣਾਈ ਤਾਂ ਕਰੀ ਮੈਂ ਜਦੋਂ ਉਹਨੂੰ ਸੁਣਾਇਆ ਕਹਿੰਦਾ ਇਮੈ ਕਹਿੰਦਾ ਪੁੱ ਆ ਮੈਗਾ ਨਾ ਮੈਂ ਕਾਉਟ ਹੋਰ ਕੌਣ ਕਹਿੰਦਾ ਸੱਚੀ ਆ ਮੈਂ ਆ ਉਹ ਉਹਨੂੰ ਬਲੀਵ ਨਹੀਂ ਹੋਇਆ ਕਿ ਉਹਦੀ ਉਹਦਾ ਗਾਉਣ ਦਾ ਸਟਾਈਲ ਉਹਦੀ ਵੌਇਸ ਕੁਆਲਿਟੀ ਉਹ ਕੰਪੋਜੀਸ਼ਨ ਦਾ ਸਟਾਈਲ ਉਹ ਆਪ ਹੈਰਾਨ ਹੋ ਗਏ ਸੀ ਤੇ ਉਹਨੂੰ ਵੀ ਨਹੀਂ ਬਲੀਵ ਹੋਇਆ ਕਿ ਮੈਂ ਗਾਉਂਦਾ ਸੋ ਉਹ ਗਾਣਾ ਜਦੋਂ ਅਸੀਂ ਬਣਾਇਆ ਐਂਡ ਤੇ ਜਦੋਂ ਮਿਕਸਿੰਗ ਕੀਤੀ ਸੀ ਮੈਨੂੰ ਹਜੇ ਵੀ ਚਿੰਤਾ ਸੀ ਕਾਰ 'ਚ ਸੀਗੇ ਤੇ ਮੋਟਰਵੇ ਤੇ ਅੱਛਾ ਉਹਨੂੰ ਮੈਨੂੰ ਲੱਗਦਾ 8-9 ਵਾਰੀ ਸੁਣਿਆ ਸੀ ਉਹ ਗਾਣਾ ਕਰਕੇ ਉਹ ਉਹ ਇੰਨਾ ਹੈਰਾਨ ਹੋਇਆ ਸੀ ਕਿ ਮੈਨੂੰ ਬਲੀਵ ਨਹੀਂ ਮੈਂ ਇਦਾਂ ਦਾ ਗਾਣਾ ਗਾਇਆ ਤੇ ਉਹਦਾ 뮤직 ਉਹ ਆਬਵੀਅਸਲੀ ਐਚਐਮਵੀ ਟਾਈਪ ਦਾ ਮਿਊਜ਼ਿਕ ਟੱਚ ਦਾ ਉਹੀ ਸੀਗਾ ਤਬਲਾ ਢੋਲ ਖਰਮੋਨੀਅਮ ਦਾ ਤੇ ਸਾਨੂੰ ਉਹ ਪਹਿਲੀ ਵਾਰੀ ਇਦਾਂ ਹੋਇਆ ਹਾਂ ਪਰ ਇੱਕ ਤੂੰ ਹੀ ਦੇਖਿਆ ਹੁਣ ਇਹ ਨਾ ਕਈ ਵਾਰੀ ਇਦਾਂ ਹੁੰਦਾ ਕਿ ਜਦੋਂ ਕੋਈ ਗਾਣਾ ਬਣਾਓ ਨਾ ਕਈ ਵਾਰੀ ਉਹ ਗਾਣਾ ਆਪਣੇ ਆਪ ਚ ਇੰਨਾ ਸੈੱਟ ਹੋ ਜਾਂਦਾ ਉਹਦੀ ਕੰਪੋਜੀਸ਼ਨ ਜਾਂ ਕੁਛ ਵੀ ਤੇ ਉਹ ਨਾ ਜਿੱਦਾਂ ਇਦਾਂ ਨਹੀਂ ਲੱਗਦਾ ਪਰ ਇਹਦਾ ਕਿਸੇ ਨੇ ਵੋਕਲ ਕੀਤਾ ਇਹਦੇ ਵਿੱਚ ਕਿਸੇ ਨੇ ਸਾਜ਼ ਵਜਾਇਆ ਉਹ ਇਦਾਂ ਲੱਗਦਾ ਜਿੱਦਾਂ ਇਹ ਬਣਿਆ ਬਣਾਈ ਚੀਜ਼ ਆਈ ਹੁੰਦੀ ਆ ਸਹੀ ਗੱਲ ਆ ਭਾਜੀ ਓਨੈਸਟਲੀ ਇਦਾਂ ਹੀ ਹੁੰਦਾ ਹਾਂ ਤੇ ਜਦੋਂ ਉਹ ਚੀਜ਼ ਹੋ ਜਾਂਦੀ ਆ ਤੇ ਉਸ ਵੇਲੇ ਜਿਹੜੀ ਆਰਟਿਸਟ ਦੀ ਆਪਣੀ ਫੀਲਿੰਗ ਜੇ ਇਹ ਹੋਵੇ ਯਾਰ ਆ ਤਾਂ ਬਹੁਤ ਵਧੀਆ ਚੀਜ਼ ਬਣ ਗਈ ਆ ਤੇ ਫਿਰ ਉਹਦੇ ਨਾਲ ਕੀ ਹੁੰਦਾ ਕਿ ਉਹ ਚੀਜ਼ ਜਦੋਂ ਜਿਹੜਾ ਲਿਸਨਰ ਆ ਉਹਦੇ ਮਨ 'ਚ ਵੀ ਉਦਾਂ ਦੀ ਫੀਲਿੰਗ ਆਉਂਦੀ ਆ ਜਿੱਦਾਂ ਯਾਰ ਫਿਲਮ ਨਹੀਂ ਕਈ ਵਾਰੀ ਦੇਖੀ ਦੀ ਤੁਸੀਂ ਫਿਲਮ ਦੇਖਦੇ ਆ ਤੇ ਉਹਦੇ ਵਿੱਚ ਨਾ ਤੁਹਾਨੂੰ ਦਿਸੀ ਜਾਂਦਾ ਇਹ ਜਰਾ ਸੱਜੇ ਪਾਸਿਓਂ ਸ਼ੂਟ ਕੀਤਾ ਹੈ ਖੱਬੇ ਪਾਸਿਓਂ ਸ਼ੂਟ ਕੀਤਾ ਹੈ ਉੱਥੇ ਲਾਈਟਿੰਗ ਸੈੱਟ ਕੀਤੀ ਹੋ ਇਹਦਾ ਮਤਲਬ ਉਹ ਕਾਮਯਾਬ ਨਹੀਂ ਹੋਏ ਜਿਹੜਾ ਨੇ ਫਿਲਮ ਬਣਾਈ ਆ ਜਦੋਂ ਉਹਦੇ ਵਿੱਚੋਂ ਸਾਰਾ ਕੁਝ ਗਾਇਬ ਹੋ ਗਿਆ ਤੇ ਸਿਰਫ ਤੁਹਾਨੂੰ ਸੀਨ ਹੀ ਦਿਖ ਰਿਹਾ ਐਕਟਰ ਵੀ ਗਾਇਬ ਹੋ ਗਿਆ ਤੁਹਾਨੂੰ ਸਿਰਫ ਕੈਰੈਕਟਰ ਹੀ ਸੋ ਅੱਜ ਇੱਕ ਵਾਰ ਨਾ ਇੱਕ ਪੰਜਾਬ ਦੇ ਬਹੁਤ ਵਧੀਆ ਹੁੰਦੇ ਸੀਗੇ ਐਕਟਰ ਉਹਨਾਂ ਨੇ ਨਾ ਜਦੋਂ ਐਕਟਿੰਗ ਇੱਕ ਫਿਲਮ ਦੇ ਵਿੱਚ ਇੰਨੀ ਵਧੀਆ ਕੀਤੀ ਤੇ ਮੈਨੂੰ ਮਨਮੋਣ ਨੇ ਕਿਹਾ ਕਹਿੰਦਾ ਜਦੋਂ ਯਾਰ ਮੈਂ ਉਹਨੂੰ ਇੱਕ ਹੋਰ ਫਿਲਮ ਦੇ ਵਿੱਚ ਦੇਖਿਆ ਤੇ ਕਹਿੰਦਾ ਮੈਨੂੰ ਵੀ ਇਦਾਂ ਮਹਿਸੂਸ ਹੋਇਆ ਇਹ ਬੰਦਾ ਕਿੱਥੋਂ ਆ ਗਿਆ ਇਹ ਤਾਂ ਮਰ ਗਿਆ ਸੀ ਸੋ ਇਹ ਇੱਕ ਗੱਲ ਯਾਦ ਰੱਖਣ ਵਾਲੀ ਆ ਕਿ ਫਿਲਮ ਚ ਵੀ ਇੰਨਾ ਵਧੀਆ ਕੰਮ ਕਰੋ। ਆ ਵਧੀਆ ਗੱਲ ਸੀ। ਇਸੇ ਤਰੀਕੇ ਨਾਲ ਗਾਣਾ ਵੀ ਇਦਾਂ ਹੀ ਆ। ਮੈਨੂੰ ਇੱਕ ਪਾਜੀ ਇੱਕ ਹੋਰ ਗੱਲ ਚਿੱਤ ਆਈ ਜਿਹੜੀ ਤੁਸੀਂ ਕੇਨ ਸੇਮ ਪੁਆਇੰਟ ਆ। ਉਹ ਸੀ ਉਹੀ ਗਾਣੇ ট্রাক ਵਾਲੇ ਗਾਣੇ ਚ ਮੈਂਟਲੈਨ ਆਪਣੇ ਅਮਰਜੀਤ ਨੇ ਬੁਝਾਈ ਸੀ ਅਮਰ ਕੈਓਸ ਪ੍ਰੋਡਕਸ਼ਨਸ ਤੋਂ। ਹਾਂਜੀ। ਅਸੀਂ ਰਿਕਾਰਡ ਵਾਲੇ ਰੂਮ ਚ ਨਹੀਂ ਸੀ ਬੈਠੇ ਦੂਜੇ ਰੂਮ ਚ ਬੈਠੇ ਸੀ ਤੇ ਮੈਂ ਹਰਮੋਨੀਅਮ ਤੇ ਸੀਗਾ ਤੇ ਅਮੋਹਣੀ ਉਹ ਸੈਟੀ ਤੇ ਬੈਠੇ ਸੀ। ਮੈਂ ਪੀਸ ਕਿੱਤਾ ਕੰਪੋਜ਼ ਮੈਂ ਕਿਹਾ ਅਮੋ ਆਪ ਬਜਾਉ ਨੇ ਬਜਾਇਆ ਤੇ ਮੈਂ ਹਰਮੋਨੀਅਮ ਦੇ ਨਾਲ ਉਹਦੇ ਨਾਲ ਫੇ 2 ਐਂਡ 3 ਕੀਤਾ ਜਿੱਦਾਂ ਉਹ ਉਹਦਾ ਉਹਨੇ ਮੈਂਟਲਿੰਗ ਫਿਰ ਮੈਂ ਜਵਾਬ ਜਿੱਦਾਂ ਉਹੀ ਉਹੀ ਦਿੱਤਾ ਹਾਂਜੀ ਹਾਂਜੀ ਤੇ ਮੈਂ ਆਪਣੇ ਟੈਜ ਨੂੰ ਮੁੰਡੇ ਨੂੰ ਕਿਹਾ ਮੈਂ ਕਿਹਾ ਟੈਜਾ ਮਾੜਾ ਜਾਂ ਮੈਕ ਉਦਾਂ ਹੀ ਲਾ ਦੇ ਅਮੋ ਦੇ ਤੇ ਮੇਰੇ ਤੇ ਮੈਂ ਕਿਹਾ ਇਹਨੂੰ ਆਪਾਂ ਰਫ ਜਿਹਾ ਕਰ ਲੈਂਦੇ ਆ ਉਦਾਂ ਹੀ ਦੇਖਣ ਲਈ ਹੂੰ ਹੈੱਡਫੋਨਸ ਵੀ ਤੇ ਮਾਈਕ੍ਰੋਫੋਨ ਉਸਸਤੇ 5 ਪਾਉਂਡ ਵਾਲੇ ਸੀ ਤੇ ਤਾਰਾਂ ਵੀ ਬਹੁਤ ਚੀਪ ਵਾਲੀਆਂ ਸੀ ਇਹ ਤਾਂ ਉਦਾਂ ਹੀ ਟੈਸਟ ਕਰਨ ਲਈ ਸੀ ਉਨੇ ਰਿਕਾਰਡ ਕੀਤਾ ਸੀ ਹੈੱਡਫੋਨਸ ਵੀ ਨਹੀਂ ਲਾਇਤੇ ਹਾਂ ਤੇ ਉਹ ਐਨਾ ਪਤਾ ਨਹੀਂ ਕੀ ਸਮਥਿੰਗ એનર્ਜੀ ਹੋਦੇ ਬਟ ਸੀ ਤੇ ਅਸੀਂ ਉਹੀ ਟੇਕਸ ਰਿਕਾਰਡਿੰਗ ਵਿੱਚ ਪਾਇਆ ਹਾਂ 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 ਕਈ ਵਾਰੀ ਦੂਜੀ ਵਾਰ ਗੱਲ ਨਹੀਂ ਬਣਦੀ ਉਹ ਲਾਈਵ ਸੀ ਤੇ ਆਪਾਂ ਦੂਜੀ ਗੱਲ ਦੀ ਟਰਾਈ ਵੀ ਨਹੀਂ ਕੀਤੀ ਉਹਨੂੰ ਸੁਣ ਕੇ ਮੈਂ ਕਿਹਾ ਇਹੀ ਰੱਖ ਲੈਣੇ ਆ ਇਹਦਾ ਇਦਾਂ ਹੋ ਗਿਆ ਸੀ ਸੋ ਸਮ ਟਾਈਮਸ ਇਦਾਂ ਹੋ ਜਾਂਦਾ ਨੈਚਰਲੀ ਮੈਂ ਤੁਹਾਨੂੰ ਹੁਣ ਦੱਸਦਾ ਕਿ ਮੇਰੇ ਕੋਲ ਨਾ ਇੱਕ ਸਸਤਾ ਜਿਹਾ ਮਾਈਕ ਆ ਇਹ 855 ਮੇਰਾ ਖਿਆਲ ਸੈਨਹਾਈਜ਼ਰ ਦਾ ਹੁਣ ਵੀ ਮੂਬ ਉੱਤੇ ਹੀ ਬੋਲ ਰਿਹਾ ਭਾਈ ਉਹ ਮੈਕ ਮੈਕ ਕੋਲ ਵੀ ਹੈਗਾ ਚਲੋ ਉਹ ਮੈਂ ਉੱਤੇ ਉੱਤੇ ਮੈਂ ਕਰਨ ਲੱਗਾ ਸੀ ਪਹਿਲਾਂ ਪਰ ਉਹ ਜਿਆਦਾ ਹੀ ਉਸ ਆਵਾਜ਼ ਨਹੀਂ ਸੀ ਸਹੀ ਆਉਂਦੀ ਸੋ ਮੈਂ ਰੱਖ ਦਿੱਤਾ ਉਹ ਓਕੇ ਓਕੇ ਇਹ ਮੇਰੇ ਕੋਲ ਇੱਕ ਨਾ ਜਿੱਦਾਂ ਜਾਣ ਕੇ 57 ਅਰਗਾਂ ਮਾਈਕ ਹੈ ਮੈਂ ਆਪਣੇ ਮੋਰੇ ਲਾ ਰੱਖਦਾ ਤੇ ਇਹ ਦੀ ਇਹਦਾ ਫਾਇਦਾ ਇਹ ਡਾਇਨਾਮਿਕ ਮਾਈਕ ਹੈ ਤੇ ਸਸਤਾ ਮਾਈਕ ਹੈ ਤੇ ਮੇਰੇ ਕੋਲ 20 20000 ਡਾਲਰ ਵਾਲੇ ਮਾਈਕ ਵੀ ਹੈਗੇ ਆ ਯਾ 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 ਤੇ ਪਰ ਮੈਂ ਨਾ ਕੱਲ ਪਰਸੋਂ ਕਮਲ ਦਾ ਇੱਕ ਗੀਤ ਕੀਤਾ ਤੇ ਉਹਦੇ ਵਿੱਚ ਨਾ ਮੈਂ ਆਪਣਾ বাজਾਇਆ ਕੀਬੋਰਡ ਤੇ ਕੋਈ ਪੀਸ ਮੈਂ ਕਮਲ ਨੂੰ ਫੋਨ ਤੇ ਸੁਣਾਇਆ ਤੇ ਕਮਲ ਮੈਨੂੰ ਕਹਿੰਦਾ ਯਾਰ ਜੇ ਇੱਥੇ ਅਸਲੀ ਫਲੂਟ ਹੋਵੇ ਤਾਂ ਵਧੀਆ ਤੇ ਮੈਂ ਕਿਹਾ ਚੱਲ ਠੀਕ ਆ ਤੇ ਮੈਂ ਮਾਈਕ ਤਾਂ ਸੀ ਸੈੱਟ ਕਰਨਾ ਸੀ ਮੈਂ ਉਹ ਫਲੂਟ ਕੱਢੀ ਤੇ ਮੈਂ ਇਹਦੇ ਉੱਤੇ ਵਜਾਤਾ ਹੈਦੇ ਉੱਤੇ ਆ ਜਿਹੜਾ ਉੱਤੇ ਮੇਰੇ ਕੋਲ ਲੱਗਾ ਹੈ ਤੇ ਜਦੋਂ ਮੈਂ ਵਾਪਸ ਸੁਣੀ ਤੇ ਫਲੂਟ ਦੀ ਆਵਾਜ਼ ਬਹੁਤ ਵਧੀਆ ਆਈ ਐਦਾਂ ਹੀ ਮੂਰੇ ਬੈਠੇ ਨੇ ਕੋਈ ਰੂਮ 'ਚ ਨਹੀਂ ਕੋਈ ਜਿੱਦਾਂ ਤੂੰ ਕਹਿੰਦਾ ਹੈਂ ਉਹ ਮੈਂ ਉਹੀ ਫਲੂਟ ਰੱਖ ਲਈ ਸੋ ਇਸ ਤਰੀਕੇ ਨਾਲ ਬਹੁਤ ਬਾਰ ਹੁੰਦਾ ਕਿ ਜਿਹੜੀ ਚੀਜ਼ ਆ ਉਹਦੀ એનર્ਜੀ ਚਾਹੀਦੀ ਆ ਉਹਦੀ ਜੇ ਤੁਸੀਂ ਟੈਕਨੀਕਲ ਦੇਖੀ ਜਾਓ ਇਹ ਐਦਾਂ ਨਹੀਂ ਹੈ ਐਦਾਂ ਨਹੀਂ ਫਿਰ ਕੰਮ ਖਰਾਬ ਹੋ ਜਾਂਦਾ ਸਹੀ ਗੱਲ ਹੈ 100% ਸੁਕੀ ਮੈਂ ਨਾ ਦੇਖਿਆ ਇੱਕ ਤੇਰੀ ਖਾਸियत ਆ ਕਿ ਤੂੰ ਮਿਹਨਤ ਵੀ ਬਹੁਤ ਕਰ ਲੈਣਾ ਤੂੰ ਨਾ ਮੈਨੂੰ ਇੱਕ ਗਾਣਾ ਸੁਣਾਇਆ ਸੀ ਤੇ ਉਹਦੇ ਵਿੱਚ ਇੱਕ ਇਦਾਂ ਦਾ ਮਿਊਜ਼ਿਕ ਸੀਗਾ ਕਿ ਮੈਨੂੰ ਇਦਾਂ ਲੱਗਾ ਪਿਆ tha ਮਿਊਜ਼ਿਕ ਮੈਂ ਬਣਾਇਆ ਬਿਲਕੁਲੇ ਮੇਰੇ ਸਟਾਈਲ ਦਾ ਮਿਊਜ਼ਿਕ ਸੀ ਆ ਦਾ ਪਾਈ ਬਹੁਤ ਵਧੀਆ ਸਪੋਰਟ ਕਰਤੀ ਥੈਂਕ ਯੂ ਬਈ ਵੈਰੀ ਗੁੱਡ ਕੰਨਿੰਗ ਉਹਦੇ ਚ ਇਦਾਂ ਸੀ ਭਾਜੀ ਕਰਕੇ ਮੈਂ ਤੁਹਾਨੂੰ ਸੁਣਿਆ ਬਹੁਤ ਸੀ ਨਾ ਆਪਣੇ ਪਹਿਲੇ ਲਿਸਟਾਂ ਚ ਫਰਮ ਲਾਈਕ 94 ਤੋਂ ਤੇ ਮੈਂ ਚੰਨ ਜੀ ਤੋਂ ਉਹ ਜੰਕਲ ਨੂੰ ਬਹੁਤ ਸਟੱਡੀ ਕੀਤਾ ਫਿਰ ਅਤਲ ਸ਼ਰਮਾ ਅੰਕਲ ਨੂੰ ਫਿਰ ਤੁਹਾਡਾ ਮਿਊਜ਼ਿਕ ਹਾਂਜੀ ਤੇ ਮੈਂ ਇਦਾਂ ਦੇਖਦਾ ਹੁੰਦਾ ਸੀ ਵੀ ਇਹਨਾਂ ਬੰਦਿਆਂ 'ਚ ਫਰਕ ਕੀ ਆ ਡਿਫਰੈਂਸਿਸ ਕੀ ਹਾਂ ਡਿਫਰੈਂਸ ਕੀ ਹਾਂ ਇੱਕ ਤੁਹਾਡੀ ਉਹ ਜਿਹੜੀ ਮਨਮੋਹਨ ਪਾਲਸਤੀ ਅੰਕਲ ਦੀ ਭੱਜ ਦੀ ਪਹਿਲੀ ਟੇਪ ਸੀ ਨਹੀਂ ਪਹਿਲੀ ਨਹੀਂ ਦੂਜੀ ਸ਼ਾਇਦ ਮੇਰੀ ਜਾਨ ਨੂੰ ਹਾਂਜੀ ਸੋਹਣਿਆਂ ਦੇ ਲਾਰੇ ਹਾਂਜੀ ਉਹ ਗਾਣਾ ਜਿਹੜਾ ਸੋ ਦੇ ਲਾਰੇ ਮੈਂ ਇਹੋ ਇੱਕ ਬਹੁਤ ਵਧੀਆ ਪੀਸ ਵਜਾਇਆ ਸੀ ਤੁਸੀਂ ਉਹਦੇ ਵਿੱਚ ਕੰਪੋਜ਼ ਕੀਤਾ ਜਿਹੜਾ ਸੀਗਾ ਸੈਕੰਡ ਪੀਸ ਅੱਛਾ ਜੀ ਆਪਣੀ ਪਹਿਲੀ ਹੁੱਕ ਲਾਈਨ ਤੋਂ ਬਾਅਦ ਜਿਹੜਾ ਆਉਂਦਾ ਉਹਦੇ ਵਿੱਚ ਦਾ ਸ਼ੁੱਧ ਉਹਦੇ ਵਿੱਚ ਮਾਤੀ ਪਰ ਹੈਗਾ ਤਾਂ ਪੈਰ ਵੀ ਮੈਂ ਕਿਹਾ ਆ ਦੇ ਜਿਹੜੇ ਤਰੀਕੇ ਨਾਲ ਤੁਸੀਂ ਉਹ ਸੁਰ ਯੂਜ਼ ਕੀਤੇ ਮੈਨੂੰ ਫਿਰ ਦਾ ਪਤਾ ਲੱਗ ਗਿਆ ਸੀ ਇਹ ਹੈਗਾ ਸੰਗਤਾਰ ਦਾ ਸਟੈਂਡ ਸੋ 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 ਜੋ ਕੇ ਵਾਲੇ ਗਾਣੇ ਦੇ ਵਿੱਚ ਸੀਗਾ ਉਹ ਗਾਣੇ ਦਾ ਨਸ ਸੀਗਾ ਇੱਕ ਤੇਰੇ ਕਾ ਲਈ ਮੈਂ ਕੰਪੋਜ਼ ਹੀ ਇਦਾਂ ਕੀਤਾ ਮੈਂ ਕਿ ਜੇ ਸੰਗਤਾਰ ਨੇ ਆ ਮਿਊਜ਼ਿਕ ਬਣਾਉਣਾ ਮੈਨੂੰ ਲੱਗਦਾ ਇਹ ਇੱਦਾਂ ਦਾ ਪੀਸ ਬਣਾਉਗਾ ਫੇ ਫੇ ਇਦਾਂ ਹੀ ਉਹ ਇਦਾਂ ਕੰਪੂਰ ਇਹ ਜਿਹੜਾ ਕਿਸੇ ਦੀ ਕੋਈ ਕਾਪੀ ਕਰਨੀ ਆ ਜਾਂ ਕੁਝ ਵੀ ਪਹਿਲਾ ਬੰਦਾ ਇਦਾਂ ਹੀ ਸਿੱਖਦਾ ਅਸੀਂ ਵੀ ਇਦਾਂ ਹੀ ਸਿੱਖਿਆ ਜਿਹੜੇ ਆਪਣੇ ਹੁਜਾ ਸਾਹਿਬ ਦੇ 뮤직 ਸੀਗੇ ਜਾਂ ਹੋਰ ਮਦਨ ਮੋਹਨ ਦੇ ਲక్ష్ਮੀਕਾਂਤ ਪਿਆਰੇ ਲਾਲ ਦੇ ਹਿੰਦੀ ਗੀਤਾਂ ਦੇ ਵੀ 뮤직 ਨਾ ਤੇ ਤੁਸੀਂ ਜਦੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰੋ ਜਦੋਂ ਤੁਸੀਂ ਸਾਰੇ ਸੁਰ ਲਾ ਕੇ ਕੱਢਦੇ ਆ ਤੁਸੀਂ ਦੇਖੋ ਅੱਛਾ ਅੱਛਾ ਕਿੱਥੋਂ ਕਿੱਥੋਂ ਇਦਾਂ ਇਦਾਂ ਲੰਘ ਹੈ ਉਹ ਜਿਹੜੇ 뮤ਜ਼ਿਕ ਡਾਇਰੈਕਟਰ ਆ ਉਹਨਾਂ ਨੇ ਨਾ ਜਿਹੜੇ ਇੰਡੀਆ ਦੇ ਚਾਹੇ ਰਾਗ ਵੀ ਸੇ ਐਵੇਂ ਅਸੀਂ ਕਹਿੰਦੇ ਨੇ ਪੈਰ ਵੀ ਜੇ ਬੋ ਗੀਤ ਕਿਹੜੇ ਰਾਗਾਂ ਚ ਹੁੰਦੇ ਆ ਟੁੱਟ ਜਾਂਦੇ ਆ ਰਾਗ ਗੀਤਾਂ ਚ ਤਾਂ ਸਕੇਲ ਬੇਸਟ ਆ ਜ਼ਿਆਦਾ ਹਨਾ ਭਾਜੀ ਲਾਥਾਟ ਬੇਸ ਸਕੇਲ ਬੇਸਟ ਆ ਬਸ ਹਾਂ ਥਾਟ ਬੇਸਡ ਆ ਤੇ ਰਾਗ ਰੂਗ ਦਾ ਨਹੀਂ ਚੱਕਰ ਹੁੰਦਾ ਪਰ ਉਹਨੂੰ ਆਪਾਂ ਕੀ ਕਰਨਾ ਕਿ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਰੀਲਾ ਬਣਾਉਣ ਦੀ ਕੋਸ਼ਿਸ਼ ਕਰਨੀ। ਇਹੀ ਬਸ ਸੀਕਰਟ ਆ। ਮੈਂ ਕਹਿਣੇ ਲੱਗਾ ਸੀਗਾ ਕਿ ਅੱਜਕੱਲ ਜੋ ਮਿਊਜ਼ਿਕ ਜਿਹੜਾ ਅੱਜਕੱਲ ਦਾ ਚੱਲਦਾ ਹੈ ਹਾਂਜੀ ਉਹਨਾਂ ਨੂੰ ਪਤਾ ਕਿ ਗਾਣੇ ਦੀ ਲਾਈਫ ਬਹੁਤ ਥੋੜੇ ਦੇਰ ਦੀ ਹੈ। ਸੋ ਉਹ ਬਣਾਉਂਦੇ ਵੀ ਉਹ ਬਹੁਤ ਛੇਤੀ ਸੈਂਪਲਾਂ ਕਰਕੇ ਉਹ ਛੇਤੀ ਗਾਣਾ ਬਣਾ ਲੈਂਦੇ ਆ। ਸਾਡਾ ਤਰੀਕਾ ਥੋੜਾ ਹੋਰ ਆ ਡਿਫਰੈਂਟ ਆ ਪਰ ਮੇਰਾ ਕਹਿਣ ਦਾ ਮਤਲਬ ਕਿ ориجنલ প্রপার মেলোডিয়াস টাইপ মিউজিক লেবি মেনু লাগਦਾ হega ਟਿਕਾਣਾ ਹੈਗਾ ਜਾਨੀ ਕਿ ਉਹੀ ਇਸੇ ਕਰਕੇ ਤਾਂ ਹੁਣ ਜਾਨੀ ਕਿ ਤੁਸੀਂ ਬਣਾਨੇ ਆਂ ਅਸੀਂ ਬਣਾਨੇ ਹੋਰ ਬਹੁਤ ਸੁਖਸ਼ਿੰਦਰ ਸਿੰਦਾ ਕੰਮ ਕਰ ਰਿਹਾ ਜਬ ਬੜੇ ਬੜੇ ਬੰਦੇ ਲੱਗੇ ਆ ਕੰਮ ਕਰਨ ਉਹ ਆਪਣਾ ਕੰਮ ਕਰੀ ਜਾਂਦੇ ਆ ਪਰ ਮੇਨ ਇਹ ਹੁੰਦਾ ਕਿ ਤੁਹਾਨੂੰ ਨਾ ਡਰਨਾ ਨਹੀਂ ਚਾਹੀਦਾ ਕਿ ਕੀ ਚੱਲ ਰਿਹਾ ਬਸ ਇਹ ਆ ਗੱਲ ਕਿ ਆਪਣੇ ਰਾਹ ਤੇ ਤੁਰੇ ਰਹੋ ਜੋ ਵੀ ਤੁਹਾਡਾ ਰਾਹ ਆ ਤੁਹਾਨੂੰ ਸਹੀ ਲੱਗਦਾ ਉਹਦੇ ਤੇ ਤੁਰੇ ਜਾਓ ਆਪ ਹੀ ਲੋਕ ਇੱਧਰ ਉੱਧਰ ਹੋ ਕੇ ਫਿਰ ਉਹ ਵਾਪਸ ਆ ਜਾਂਦੇ ਆ ਤੇ ਜਿਹੜੀ ਤੇਰੀ ਕਾਮਯਾਬੀ ਆ ਉਹ ਇਸੇ ਕਰਕੇ ਆ ਕਿ ਤੂੰ ਇੱਕ ਆਪਣੀ ਆਵਾਜ਼ ਆਪਣੀ ਇੱਕ 사ਉਂਡ ਇੱਕ ਆਪਣਾ ਸਟਾਈਲ ਸਟੈਬਲਿਸ਼ ਕੀਤਾ ਭਾਜੀ ਆ ਇਹਦੇ ਨਾਲ ਮੈਂ ਹੋ ਐਡ ਕਰੂੰਗਾ ਇੱਕ ਗੱਲ ਹਾਂਜੀ ਤੁਸੀਂ ਬਲੀਵ ਕਰੋ ਮੈਂ ਅੱਜ ਸਵੇਰੇ ਹੀ ਗੱਲ ਸੋਚਦਾ ਸੀਗਾ ਮੈਨੂੰ ਨਹੀਂ ਸੀ ਪਤਾ ਤੁਸੀਂ ਮੈਨੂੰ ਅੱਜ ਕਾਲ ਕਰਨਾ ਕਿ ਆ ਪੋਡਕਾਸਟ ਲਈ ਹਾਂਜੀ ਆ ਗੱਲ ਸੁਣਿਓ ਭਾਜੀ ਲਾਈਕ ਕੁਲਦੀਪ ਮਾਨਿਕ ਸਿਂਦਰ ਚੰਦ ਦਾ ਚਮਕੀਲਾ ਗਰਦਾਸ ਮਾਨ ਸਦੀਕ ਹੁਣੀ ਕੰਗ ਹੁਣੀ ਸੀ ਹਾਂਜੀ ਉਸ ਉਸ ਆਪਣੇ ਜੋਗ ਤੋਂ ਬਾਅਦ ਫਿਰ ਆਈ ਸੀ ਸਰਦੂਲ ਸਿਕੰਦਰ ਹੰਸ ਰਾਜ ਹੁਣੀ ਦੁਰਗਾ ਰੰਗੀਲਾ ਫੇ ਓਟੋਵੱਡ ਮਨਮੋਨ ਵਾਰਿਸ ਅ ਅਸਰਜੀਤ ਬਿੰਦ ਰਖੀਆ ਇਹ ਬੰਦੇ ਹੈਗੇ ਜਿਹਦਾ ਕਹਿੰਦੇ ਆ ਲੈਜੈਂਡ ਜੋ ਵੀ ਆ ਪਰ ਕਹਿਣ ਦਾ ਮਤਲਬ ਇਹ ਬੰਦੇ ਐਵਰਗ੍ਰੀਨ ਆ ਤੇ ਇਹਨਾਂ ਦਾ ਮੈਂ ਰੀਜ਼ਨ ਸੋਚਦਾ ਸੀ ਇਹ ਵਾਈ ਇਹ ਕਹਤੇ ਐਵਰਗ੍ਰੀਨ ਆ ਕਿਉਂਕਿ ਇਹਨਾਂ ਦੇ ਬੰਦੇ ਚ ਅਰੀਜਨੈਲਟੀ ਸੀ ਜੇ ਹੁਣ ਮਨਮੋਨ ਵਾਰਿਸ ਦੀ ਆਪਾਂ ਗੱਲ ਕਰੀਏ ਭਾਜੀ ਉਹਦਾ ਗਾਉਣ ਦਾ ਜਿਹੜਾ ਸਟਾਈਲ ਆ ਹਾਂ ਸਿਰਫ ਉਹੀ ਆ ਉਹਦੇ ਆ ਗਾ ਹੋਰ ਨਹੀਂ ਹੈਗਾ ਹਾਂ ਨਹੀਂ ਇਸੇ ਤਰੀਕੇ ਨਾਲ ਜਿੱਦਾਂ ਤੂੰ ਹੁਣ ਗੱਲ ਕੀਤੀ ਆ ਜੇ ਆਪਾਂ ਸਿਰਫ ਆਪਾਂ ਬਿੰਦ ਰੱਖੀ ਜਾ ਕੇ ਹੀ ਤੇ ਤੇਰੇ ਸਾਹਮਣੇ ਬਿਲਕੁਲ ਇੱਕ ਪਿਕਚਰ ਆ ਜਾਂਦੀ ਕਿੱਦਾਂ ਦਾ ਗੀਤ ਹੋਊਗਾ ਕੀ ਆਵਾਜ਼ ਕਿੱਦਾਂ ਸਟਾਈਲ ਇਸੇ ਤਰੀਕੇ ਨਾਲ ਗੁਰਦੀਪ ਮਾਨਕ ਜਾਂ ਯਾਨੀ ਕਿ ਬਿਲਕੁਲ ਇੱਕ ਅਲੱਗ ਖੜੇ ਆਪਣੀ ਜਗ੍ਹਾ ਲੈ ਕੇ ਅੱਛਾ ਪਾਜੀ ਮੈਨੂੰ ਆ ਤੁਸੀਂ ਦੱਸਿਓ ਇੱਕ origignal ਪੜੇ ਕਿੱਦਾਂ ਹੁਣ ਤੁਸੀਂ ਮਨਮੋਹ ਪਾਜੀ ਦੀ ਗੱਲ ਕਰੋ ਉਹ ਕਿੱਦਾਂ ਉਹ ਉਹ ਏਦਾਂ ਬਣਿਆ ਕਿੱਦਾਂ origignal ਬੱਕਰੀ ਚੀਜ਼ ਇੱਕ ਤਾਂ ਇਹ ਚੀਜ਼ ਹੁੰਦੀ ਆ ਕਿ ਬੰਦੇ ਦੇ ਮਨ ਵਿੱਚ ਇਹ ਹੋਵੇ ਕਿ ਮੈਂ ਉਹ ਗਾਣਾ ਜੋ ਮੇਰੇ ਮਨ ਚੋਂ ਆਵਾਜ਼ ਆਂਦੀ ਹੈ ਤੇ ਦੂਜਾ ਆਪਣਾ ਸਟਾਈਲ ਬਣਾਉਣ ਲਈ ਇਹ ਗੱਲ ਹੁੰਦੀ ਆ ਜਿਸ ਤਰੀਕੇ ਨਾਲ ਤੂੰ ਆਪਣਾ ਕਿਹਾ ਕਿ ਮੈਂ ਸੁਣਦਾ ਹੁੰਦਾ ਸੀ ਉੱਜਾ ਸਾਹਿਬ ਨੂੰ ਅਤਲ ਸ਼ਰਮਾ ਨੂੰ ਹੋਰ ਵੀ 뮤직 ਡਾਇਰੈਕਟਰਾਂ ਨੂੰ ਬੰਦੇ ਨੂੰ ਇੱਕ ਤੋਂ ਵੱਧ ਸਿੰਗਰਾਂ ਨੂੰ ਸੁਣਨਾ ਚਾਹੀਦਾ ਇੱਕ ਤੋਂ ਵੱਧ ਸਿੰਗਰਾਂ ਨੂੰ ਗਾਉਣਾ ਚਾਹੀਦਾ ਜੇ ਤੁਸੀਂ ਇੱਕ ਬੰਦੇ ਤੇ ਸਾਰੀ ਲਾਈਫ ਡਿਵੋਟ ਕਰ ਦੋਗੇ ਤਾਂ ਫਿਰ ਉਹਦੇ ਵਰਗਾ ਸਟਾਈਲ ਹੋ ਜਾਣਾ ਜਦੋਂ ਪੁਰਾਣੇ ਸਮਾਂ ਨੇ ਚ ਘਰਾਣੇ ਵੀ ਹੁੰਦੇ ਸੀਗੇ ਨਾ ਕਲਾਸਿਕਲ ਸੰਗੀਤ ਵੀ ਘਰਾਣੇ ਹੁੰਦੇ ਸੀ ਪਰ ਹੁਣ ਜਾਨਕਿ ਇਹ ਹੁੰਦਾ ਕਿ ਜੇ ਤੁਸੀਂ オリジナਲਿਟੀ ਲਿਆਣੀ ਆ ਤਾਂ ਤੁਹਾਨੂੰ ਵੱਖ-ਵੱਖ ਸੋਰਸਾਂ ਤੋਂ ਸਿੱਖਣਾ ਪੈਣਾ ਵੱਖ-ਵੱਖ ਸੋਰਸਾਂ ਤੋਂ ਚੀਜ਼ ਲਿਆਉਣੀ ਪੈਣੀ ਆ ਤੇ ਵੱਖ-ਵੱਖ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਇਕੱਠੇ ਕਰਨਾ ਪੈਣਾ ਤੇ ਕਿਉਂਕਿ ਉਹ ਹਰ ਵਾਰੀ ਅਲੱਗ-ਅਲੱਗ ਤਰੀਕੇ ਨਾਲ ਇਕੱਠੇ ਹੋ ਜਾਣਿਆ ਤੇ ਇੱਕ ਨਵਾਂ ਸਟਾਈਲ ਬਣ ਜਾਂਦਾ ਔਖਾ ਵੀਆ ਕਰਕੇ ਤੁਹਾਡੇ ਲਈ एग्जांपल ਹੈ हां ਉਹੀ ਗੱਲ ਹੈ ਨਾ ਹੈ ਤਾਂ ਔਖਾ ਇਸੇ ਕਰਕੇ ਫਿਰ ਓਦਾਂ ਥੋੜੇ ਸਿੰਗਰ ਹੁੰਦੇ ਆ ਮੈਂ ਭਾਜੀ ਨੂੰ ਮਿਲਿਆ ਸੀਗਾ ਮੋਹਣ ਭਾਜੀ ਨੂੰ ਤੇ ਮੈਂ ਮੈਂ ਕਿਹਾ ਭਾਜੀ ਉਹ ਜਿਹੜੀ ਤਰਜਾ ਸੋਹਣਿਆਂ ਦੇ ਲਾਰੇ ਮੈਂ ਕਿਹਾ ਤੁਸੀਂ ਤਰਜਾ ਇਦਾਂ ਦੀ ਕਿੱਦਾਂ ਬਣਾਈਆਂ ਮੈਂ ਕਿਹਾ ਤੁਸੀਂ ਦੱਸੋ ਭਾਜੀ ਕਹਿੰਦਾ ਬੱਸ ਪਤਾ ਨਹੀਂ ਬਣ ਗਈ ਕੰਦਾ ਇਦਾਂ ਹੀ ਆ ਸੁਖੀ ਕਹਿੰਦਾ ਜਸ ਸਕੇਲ ਦੇ ਸੱਤ ਸੁਰ ਜਿਹੜੇ ਹੁੰਦੇ ਆ ਲਾਈਕ ਉਹਦੇ ਵਿੱਚ ਕਿੰਨਾ ਕੁਸ ਬਣ ਜਾਂਦਾ ਹਨਾ ਨਾ ਨਿਯਮ ਹੈ ਕਿ ਨਾ ਪਹਿਲੇ ਹੀ ਉਹਨਾਂ ਸੁਰਾਂ ਦੇ ਵਿੱਚ ਆ ਆਪਾਂ ਸਿਰਫ ਉਹਨਾਂ ਚੋਂ ਉਹ ਕੱਢਣੀਆਂ ਆ ਬਿਲਕੁਲ ਸਹੀ ਭਾਜੀ ਸੁਖੀ ਬਹੁਤ ਬਹੁਤ ਧੰਨਵਾਦ ਯਾਰ ਬਹੁਤ ਹੀ ਵਧੀਆ ਗੱਲਾਂ ਤੂੰ ਕੀਤੀਆਂ ਤੇ ਬਹੁਤ ਹੀ ਜਿਹੜੇ ਤੇਰੇ ਚਾਉਣ ਵਾਲੇ ਆ ਉਹਨਾਂ ਨੂੰ ਕਈ ਗੱਲਾਂ ਦਾ ਅੱਜ ਪਤਾ ਲੱਗਾ ਹੋਊਗਾ ਨਵੀਆਂ ਦਾ ਤੇ ਬਹੁਤ ਖੁਸ਼ੀ ਹੋਈ ਯਾਰ ਗੱਲ ਕਰਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਪਾਦੀ ਪੰਜਾਬੀ ਪੋਡਕਾਸਟ ਨੂੰ ਸੁਣਨ ਲਈ ਬਹੁਤ ਬਹੁਤ ਧੰਨਵਾਦ ਅਸੀਂ ਹਰ ਸ਼ੁੱਕਰਵਾਰ ਤੁਹਾਡੇ ਲਈ ਇੱਕ ਨਵਾਂ ਐਪੀਸੋਡ ਲੈ ਕੇ ਆਉਂਦੇ ਆਂ ਜੇ ਤੁਹਾਨੂੰ ਪੰਜਾਬੀ ਪੌਡਕਾਸਟ ਵਧੀਆ ਲੱਗਦੀ ਹੈ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਇਹਨੂੰ ਸ਼ੇਅਰ ਜ਼ਰੂਰ ਕਰੋ ਅੱਗੇ ਸ਼ੇਅਰ ਕਰੋ ਤਾਂ ਕਿ ਇਸ ਦਾ ਨਾਮ ਹੋਰ ਵਧੇ ਤੇ ਜੇ YouTube ਤੇ ਸੁਣਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਅਗਲੇ ਹਫ਼ਤੇ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ ਪੰਜਾਬੀ ਪੌਡਕਾਸਟ ਨੂੰ ਵਧਾਉਣ ਲਈ ਪੰਜਾਬੀ ਪੌਡਕਾਸਟ ਨੂੰ ਸੁਣਨ ਲਈ ਤੇ ਸਾਨੂੰ ਹੱਲਾਸ਼ੀਰੀ ਦੇਣ ਲਈ ਬਹੁਤ-ਬਹੁਤ ਧੰਨਵਾਦ